ਆਰਾਮ ਮੇਰਾ ਕੋਈ ਨਾ, ਨਾ ਮੇਰੇ ਨਾਮ ਨਾ ਹੋਗਾ। ਮੇਰੇ ਆਪਣਾ ਰੂਪ ਧਾਰਨ ਕੀਆ, ਉਹ ਅਗਮ, ਦੂਸਰਾ ਅਲਗ, ਉਹ ਤੀਸਰਾ ਸਤਲੋਕ। ਉਹ ਸਤਲੋਕ ਮੈਂ ਹੀ, ਜੋ ਕਿਸੇ ਕੋ ਮੇਰੇ ਯਹਾਂ ਆਨਾ ਹੈ ਤਾਂ ਪਹਿਲੇ ਸਤਲੋਕ ਪਹੁੰਚੇ, ਫਿਰ ਅਲਗ ਲੋਕ ਮੈਂ, ਫਿਰ ਅਗਮ ਲੋਕ ਮੈਂ, ਤਾਂ ਮੇਰੇ ਯਹਾਂ ਆ ਸਕਦਾ। ਐਸੇ ਕੋਈ ਪਹੁੰਚੇਗਾ ਨਹੀਂ। ਇਸ ਲਈ ਗੋਸਵਾਮੀ ਮਹਾਰਾਜ ਨੇ ਕਿਹਾ ਕਿ ਚੌਥੇ ਪਦ ਕੇ ਪਾਰ ਨਾਮਾ, ਚੌਥੇ ਪਦ ਤੇਰੀ ਸਤਲੋਕ ਉੱਤੇ ਪਾਰ ਨਾਮ ਅਦਰ ਘਰ ਹੈ। ਤੇ ਜਾਤੇ ਆਤੇ ਰਹੇ ਤਬ ਤੋਂ ਉਹਨਾਂ ਨੇ ਕਿਹਾ ਕਿ ਵਹਾਂ ਜਾਤੇ ਆਤੇ ਰਹੇ। ਲਿਪੀਤ ਲਗੀ ਕਿ ਟੂਟੇ ਨਾ ਟੂਟੇ, ਉਹ ਚਾਹੇ ਕਿ ਟੂਟ ਜਾਏਗੀ ਤਾਂ ਨਹੀਂ ਟੂਟੇਗੀ। ਉਸੀ ਬੁੰਦ ਕਾ ਸਕਲ ਪਸਾਰਾ, ਵੇਦ ਤਾਹੀ ਕਹੇ ਬ੍ਰਹਮ ਅਪਾਰਾ। ਤੁਸੀਂ ਬੁੰਦ ਕੋ ਅਬ ਜਾਣਦੇ ਨਹੀਂ ਹੋ, ਤੁਹਾਨੂੰ ਤਾਂ ਮਿਲਦੇ ਨਹੀਂ, ਸਦਕੀ ਖੁਸ਼ ਨਹੀਂ ਕਰਦੇ। ਜੋ ਆਗੇ ਕਾ ਵੀ ਪਤਾ ਵੀ ਬਤਾਏ, ਇਨਕੋ ਲੈ ਵੀ ਚਲੇ ਔਰ ਦਰਸ਼ਨ ਵੀ ਆਗੇ ਕਰਾਏ, ਉਨਕਾ ਵੀ ਦਰਸ਼ਨ ਹੋ ਜਾਏ, ਉੱਪਰ ਬ੍ਰਹਮ ਕਾ ਵੀ ਦਰਸ਼ਨ ਹੋ ਜਾਏ, ਪਾਰ ਬ੍ਰਹਮ ਕਾ, ਮਹਾਕਾਲ ਕਾ, ਉੱਪਰ ਚਲੇ ਚਲੇ ਤੋ ਸਤ ਦੇ ਸਤਪੁਰਖ ਕਾ ਵੀ ਦਰਸ਼ਨ ਹੋ, ਤੁਸੀਂ ਚੱਲਣੇ ਨਹੀਂ ਚਾਹਤੇ। ਅਬ ਦੇਖਾ ਤਾਂ ਹੈ ਨਹੀਂ, ਨਾ ਦੇਖਣਾ ਚਾਹਤੇ, ਚੱਲਣਾ ਵੀ ਨਹੀਂ ਚਾਹਤੇ। ਕਹਿੰਦੇ ਹਮ ਨਹੀਂ ਜਾਏਗੇ, ਹਮਾਰੇ ਜੋ ਲਿਖਾ ਹੁਆ ਜੋ ਲਿਖਾ ਹੁਆ ਆਪਣੀ ਜਗ੍ਹਾ ਪਰ ਲਿਖਾ ਹੁਆ, ਕਿ ਬੂੰਦ ਕਾ ਜੇ ਤਾਂ ਪਸਾਰਾ ਹੈ, ਤੋ ਆਗੇ ਕੋਈ ਹੋਰ ਹੋਗਾ ਤਬ ਤੋ ਕਹਾ, ਤਬ ਕੋ ਨਹੀਂ ਮਾਨਤੇ। ਭਟਕ ਗਏ ਵੇਦਾਂਤੀ ਆਹੀ ਬ੍ਰਹਮ ਬਖਾਨੇ, ਸਿਧਾਂਤੀ ਆਹੀ ਸੁਧ ਪੁਕਾਰੇ। ਭਟਕ ਗਏ ਬਸ ਨੀਚੇ ਉਤਰ ਆਏ। ਅਬ ਥੋੜ੍ਹਾ ਥੋੜ੍ਹਾ ਤਾਂ ਸਮੇਂ ਮੇਂ ਝਗੜੇ ਕੀ ਸਥਿਤੀ ਪੈਦਾ ਹੋਈ। ਅਬ ਜਬ ਆਪਸ ਮੇਂ ਬਹਿਸ ਮੁਬਾਹਸਾ ਕਰੇਂਗੇ ਕਿ ਰਾਮਾਯਣ ਮੇਂ ਯੇ ਹੈ ਤੋ ਇਸਮੇਂ ਯੇ ਹੈ ਤੋ ਇਸਮੇਂ ਯੇ ਹੈ ਤੋ ਇਸਮੇਂ ਲਿਖਾ ਹੁਆ, ਤਾਂ ਝਗੜਾ ਹੋ ਜਾਏਗਾ, ਉਸਦੀ ਫਸ ਲਏ। ਚੱਲੇ ਔਰ ਪੁੱਛ ਰਹੇ ਔਰ ਸਮਝਣੇ ਕੀ ਬਾਤ ਤਾਂ ਬਹੁਤ ਦੂਰ ਹੋ ਗਈ, ਕਿ ਸਮਝਣਾ ਚਾਹਤੇ ਚੱਲ ਕੇ ਦੇਖਣਾ ਚਾਹਤੇ ਵੋ ਬਾਤ। ਇਸਮੇਂ ਤਾਂ ਪ੍ਰੇਮ ਕਾਰਨ ਹੈ ਕਿ ਪ੍ਰੇਮ ਸੇ ਚੱਲਣਾ ਹੈ ਆਪਣੇ ਘਰ, ਤਾਂ ਪ੍ਰੇਮ ਡੋਰੀ ਕੋ ਪਕੜੋ ਚੜ ਚਲੋ, ਔਰ ਤੁਹਾਰੇ ਅੰਦਰ ਆ ਰਹੀ ਹੈ, ਉੱਪਰ ਸੇ ਨੀਚੇ ਤੱਕ ਚਲੀ ਆ ਰਹੀ, ਲੇਕਿਨ ਤੁਮਨੇ ਆਪਣੇ ਐਸੇ ਕਰਮ ਕੀਏ ਕਿ ਆਪਣੇ ਆਪਣਾ ਅੰਤਾਕਰਨ ਗੰਦਾ ਕਰ ਦਿਆ, ਜਿੱਥੇ ਤੁਹਾਰੀ ਆਖ ਔਰ ਕਾਨ ਤੁਹਾਰੇ ਬੰਦ ਹੋ ਗਏ, ਨਾ ਤੁਮ ਦੇਖ ਸਕਤੇ ਹੋ ਨਾ ਉਸਦੀ ਆਵਾਜ਼ ਨੂੰ ਸੁਣ ਸਕਦੇ ਹੋ। ਤਾਂ ਮਹਾਤਮਾਓਂ ਨੇ ਜਬ ਰਸਤਾ ਬਤਾਇਆ ਤੋ ਅਬ ਦੇਖਣੇ ਕੋ ਵੀ ਮਿਲਤਾ ਹੈ, ਸੁਣਨੇ ਕੋ ਵੀ ਮਿਲਤਾ ਹੈ, ਆਗ ਵੀ ਖੁਲਦੀ ਹੈ ਔਰ ਕਾਨ ਵੀ ਖੁਲਦੇ, ਤਬ ਸਮਝ ਵੀ ਆਤਾ ਹੈ। ਤੋ ਉਸਕੇ ਲੀਏ ਸਾਧਨ, ਤੋ ਸਾਧਨ ਤੋ ਉਸਕੇ ਲੀਏ ਹੈ ਹੀ, ਬਿਨ ਸਾਧਨ ਕੈਸੇ ਜਾਏਗਾ, ਸਾਧਨ ਹੈ ਰਾਸਤੇ ਕੋ ਕਹਿਤੇ ਪਕੜਨਾ ਉਸੀ ਕਾ ਨਾਮ ਹੈ ਸਾਧਨ, ਤੋ ਉਸ ਨਾਮ ਕੋ ਪਕੜੋ ਔਰ ਚੜੋ, ਯਹੀ ਹੈ ਤੁਹਾਡਾ ਸਾਧਨਾ, ਚਲ ਚਲੋਗੇ ਤਾਂ ਫਿਰ ਸਮਝ ਵੀ ਆ ਜਾਏਗਾ, ਈਸ਼ਵਰ ਕਾ ਦਰਸ਼ਨ ਹੋਗਾ ਪਹਿਲੇ ਹੀ ਮੁਕਾਮ ਪਰ, ਔਰ ਉੱਪਰ ਚਲੋਗੇ ਤਾਂ ਆਵਾਜ਼ ਆਤੀ ਹੈ ਉਸਕੇ ਨਾਮ ਕੀ, ਤਾਂ ਫਿਰ ਉਨਕਾ ਵੀ ਸਾਜਾਤ ਕਰੋ ਜਾਓ ਯਾਰ, ਫਿਰ ਉੱਪਰ ਕੀ ਆਵਾਜ਼ ਪਕੜੋ ਤਾਂ ਪਾਰ ਬ੍ਰਹਮ ਕਾ ਵੀ ਸਾਚਾਤ ਹੋ ਜਾਏਗਾ, ਔਰ ਉੱਪਰ ਕੀ ਆਵਾਜ਼ ਪਕੜੋ ਤਾਂ ਮਹਾਕਾਲ ਕਾ ਵੀ ਦਰਸ਼ਨ ਹੋਗਾ। ਆਵਾਜ਼ ਆ ਰਹੀ ਹੈ, ਸਰਦਾਰ ਹੈ ਬਰਾਬਰ, ਲੇਕਿਨ ਵੇਦੀ ਕੇ ਦੁਆਰਾ ਵੇਦ ਮਿਲੇਗਾ ਉਹ ਇੱਥੇ ਨਹੀਂ ਮਿਲੇਗਾ, ਵੈਸੇ ਕੋਈ ਜਾਣਦਾ ਹੀ ਨਹੀਂ, ਵੇਦੀ ਇਸ ਰਸਤੇ ਕੋ ਬਤਾਏਗਾ, ਬਤਾਏਗਾ ਵੀ ਲੈ ਚਲੇਗਾ ਦਿਖਾਏਗਾ ਵੀ ਔਰ ਰਸਤੇ ਕੋ ਵੀ ਬਤਾਏਗਾ, ਤਬ ਕਾਮ ਕਰਨਾ ਉਹ ਤਬ ਸਾਧਕ ਪਹੁੰਚੇਗਾ, ਇੱਥੇ ਨਹੀਂ ਪਹੁੰਚ ਸਕਦਾ। ਇਤਨਾ ਬੜਾ ਛੋਟਾ ਇੱਕ ਬੂੰਦ ਕਾ ਤਮਾਤਾ, ਬੂੰਦ ਕਾ ਖੇਲੇ ਉਸਦੀ ਵੀ ਉਲਝ ਗਈ, ਜਿਹਦੇ ਨਾਮ ਕੋ ਆਏ ਤੇ ਪਕੜ ਕੇ
जब यहाँ के काम काज में फंस गए तो ध्यान हमारा बढ़ गया, तो आवाज हम तो छूट गई। अब वो आवाज मिलती रही तो कान खुलते रही है, आँख खुलती रही तो दिखाई को देखा था नहीं, सुनाई को देखता नहीं, ऐसे भरम गए। कोई बताने वाला मिला नहीं, तब तक जो कर्म किया था उससे नीचे उतर गए, चारों खानों में चले गए, नरकों में और योनियों में चले गए, तो मनुष्य रातें छूट गया। इसलिए क्या कर्म किया अच्छा बुरा ये तो आपको मालूम है कि हमने क्या क्या किया है, पता उसी कर्म का तो फल मिलता है उसके हाथों, तब लिखा चुका है, तब आपको दिखाएगा बताएगा सब। जब तुम इतने जाओगे तुम्हें पूरा हो जाएगा तो वही जाना जाए, हिसाब किताब आपको देखना है, वो सब दिखाएगा सुनाएगा, और उसी के बाद जो भी उसको करना होगा सजा देगा, सजा दे देगा। नर्क भेजना होगा नर्क भेजना, जा कहीं भेजना उसी योनि में दे देगा। बोलो इसके आगे भेद न पाया, सतगुरु बिन उन धोखा खाया। सतगुरु जब नहीं मिले तो इसके आगे किसी को भेद नहीं मिलता, तो सबके सब सब धोखा खा गए। अभी तो खैर खोज तो उनकी है नहीं कि भाई कोई महात्मा मिले महापुरुष कोई सीधा रास्ता बताए, और फिर यह है कि वो मिलते भी है तो साधारण रूप से तो आ पाते नहीं, बाकी इतनी बड़ी तकरार करते हो उज्जत करते हो तमाम विवाद होता तब जा करके बड़ी मुश्किल से आते हो। यदि खुद भी सोचो कि मैं कितनी मुश्किल से आया हूँ और इस रात्रि का भजन करता हूँ ध्यान करता हूँ तब विश्वास आया, लेकिन विश्वास किसी होता नहीं, अविश्वास में डूबे हुए थे। मन और चित्त बुद्धि ये सब संसार में रमा थे, इसमें उलझे हुए थे, तो मालिक की दया समझिए कि हो रही कि आप इतनी शांति से तद्भाव प्रेम से सुनते और कर रहे हो, नहीं तो बहुत मुश्किल है। साधन भजन देख करके शंका हो जाए लोगों को, ये कौन सा साधन भजन है, शंका हो जाए कि उन्होंने कभी देखा नहीं कभी सुना नहीं, तो जो भी उसे देखा सुना नहीं है उसकी शंका, शंका तो जीव को होती है, ये कर रहा ये कौन सी उल्टी क्रिया है, भाई उलट के तो जाना ही है, ऊपर से आए और नाम डोर पकड़ कर तो नाम छूट गया है इसलिए ऊपर नहीं जा रहे, नाम मिल जाए तो शब्द को पकड़ लो तो ऊपर चढ़ जाओ, शब्द चेतन है और सूरत भी चेतन है, शरीर जड़ है और वो चेतन है, और सूरत पर जो आवरण चढ़ा हुआ वो भी जड़ है, इस आवरण को दूर करो और चेतनता आने दो, जैसे चेतन दाई तो चेतन मिलेगा, और चेतन को पकड़ो तब तो यह सार्थक जीवन बनेगा, नहीं काम में आने वाला नहीं है। मेरी थोड़ी सी तबीयत गड़बड़ है, तबियत शरीर ठीक नहीं, ऐसा देख रहे भाई गोस्वामी तुलसीदास जी महाराज ने बहुत विधि विधान से समझाया, जो भी महात्मा आया सब ने समझाया, लेकिन हम महात्माओं से दूर रहे
इसलिए कुछ समझ नहीं सके और न कुछ पा सके न कुछ देख सके।